ਕਰੰਟ ਲੱਗਣ ਦੇ ਨਾਲ ਇੱਕ 2 ਸਾਲ ਦੀ ਬੱਚੀ ਦੀ ਦਰਦਨਾਕ ਮੌਤ ਹੋ ਗਈ ਹੈ। ਦਰਸਲ ਕਿਹਾ ਜਾ ਰਿਹਾ ਹੈ ਕਿ 11,000 ਵੋਲਟ ਦੀ ਤਾਰ ਟੁੱਟ ਕੇ ਖੰਭੇ ਤੋਂ ਸਿੱਧਾ ਬੱਚੀ ਦੇ ਉੱਪਰ ਡਿੱਗ ਜਾਂਦੀ ਹੈ ਤੇ ਬੱਚੀ ਦੇ ਕਈ ਜ਼ਖਮ ਹੋ ਜਾਂਦੇ ਨੇ ਸਰੀਰ ਦੇ ਉੱਤੇ, ਜਿਸ ਤੋਂ ਬਾਅਦ ਉਸਨੂੰ ਜਦੋਂ ਹਸਪਤਾਲ ਲੈ ਕੇ ਜਾਇਆ ਜਾਂਦਾ ਹੈ ਤਾਂ ਉੱਥੇ ਜਾ ਕੇ ਉਸਦੀ ਮੌਤ ਹੋ ਗਈ ਹੈ। ਹਾਲਾਂਕਿ ਇਸ ਹਾਦਸੇ ਦੇ ਵਿੱਚ ਬੱਚੀ ਦੀ ਜੋ ਵੱਡੀ ਭੈਣ ਹੈ ਉਹ ਵੀ ਗੰਭੀਰ ਰੂਪ ਨਾਲ ਜ਼ਖਮੀ ਹੋਈ ਹੈ ਤੇ ਉਸਦਾ ਵੀ ਇਲਾਜ ਜੋ ਹੈ ਲਗਾਤਾਰ ਕੀਤਾ ਜਾ ਰਿਹਾ ਹੈ। ਤਾਂ ਦੱਸ ਦਈਏ ਕਿ 2 ਸਾਲ ਦੀ ਮਾਸੂਮ ਬੱਚੀ ਦੇ ਉੱਤੇ ਇੱਕ ਹਾਈ ਵੋਲਟੇਜ ਦੀ ਤਾਰ ਡਿੱਗੀ ਹੈ, ਜਿਸ ਦੇ ਕਾਰਨ ਬੱਚੀ ਨੇ ਦਮ ਤੋੜ ਦਿੱਤਾ ਹੈ। ਤਾਂ ਦੱਸ ਦਈਏ ਕਿ ਇੱਕ ਬਿਜਲੀ ਵਿਭਾਗ ਦੇ ਉੱਤੇ ਵੱਡੀ ਲਾਪਰਵਾਹੀ ਦੇ ਇਲਜ਼ਾਮ ਜੋ ਨੇ ਪਰਿਵਾਰਕ ਮੈਂਬਰਾਂ ਦੇ ਵੱਲੋਂ ਲਗਾਏ ਗਏ ਨੇ। ਉਹਨਾਂ ਦਾ ਕਹਿਣਾ ਕਿ ਕਈ ਵਾਰ ਬਿਜਲੀ ਵਿਭਾਗ ਨੂੰ ਇਸ ਸੰਬੰਧੀ ਸੂਚਿਤ ਕੀਤਾ ਕਿ ਲਗਾਤਾਰ ਜੋ ਖੰਭੇ ਦੇ ਉੱਤੇ ਨੇ ਸਪਾਰਕਿੰਗ ਹੁੰਦੀ ਹੈ, ਸ਼ੋਰਟ ਸਰਕਟ ਹੁੰਦਾ, ਪਰ ਫਿਰ ਵੀ ਬਿਜਲੀ ਵਿਭਾਗ ਨੇ ਕੋਈ ਵੀ ਕਾਰਵਾਈ ਨਹੀਂ ਕੀਤੀ, ਜਿਸ ਦੇ ਕਾਰਨ ਹੁਣ ਖਾਮਿਆਜ਼ਾ ਉਹਨਾਂ ਨੂੰ ਭੁਗਤਣਾ ਪਿਆ। ਉਹ ਵੀ 2 ਸਾਲ ਦੀ ਬੱਚੀ ਦੀ ਮੌਤ ਹੋ ਗਈ ਹੈ। ਤਾਂ ਦੱਸ ਦਈਏ ਕਿ ਇਸ ਬੱਚੀ ਦਾ ਨਾਮ ਐਂਜਲ ਦੱਸਿਆ ਜਾ ਰਿਹਾ ਹੈ, ਜਿਸ ਦੀ ਮੌਤ ਹੋਈ ਹੈ ਤੇ ਇਹ ਆਪਣੀ ਵੱਡੀ ਭੈਣ ਦੇ ਨਾਲ ਸ਼ਾਮ ਨੂੰ ਘਰ ਤੋਂ ਬਾਹਰ ਖੇਡ ਰਹੀ ਸੀ। ਤਾਂ ਜਿਵੇਂ ਹੀ ਘਰ ਦੇ ਬਾਹਰ ਖੇਡਦੇ ਖੇਡਦੇ ਉੱਪਰੋਂ ਤਾਰ ਡਿੱਗਦੀ ਹੈ ਤਾਂ ਦੋਵੇਂ ਹੀ ਭੈਣਾਂ ਲਪੇਟ ਦੇ ਵਿੱਚ ਆ ਜਾਂਦੀਆਂ ਨੇ, ਜਿਸ ਦੇ ਕਾਰਨ ਇੱਕ 2 ਸਾਲ ਦੀ ਬੱਚੀ ਦੀ ਦਰਦਨਾਕ ਮੌਤ ਹੋ ਗਈ ਹੈ, ਜਦਕਿ ਵੱਡੀ ਭੈਣ ਦਾ ਇਲਾਜ ਹਸਪਤਾਲ ਦੇ ਵਿੱਚ ਚੱਲ ਰਿਹਾ ਹੈ। ਤਾਂ ਖਬਰ ਪਟਿਆਲਾ ਤੋਂ ਸਾਹਮਣੇ ਆਈ ਹੈ, ਜਿੱਥੇ ਕਿ ਬਿਜਲੀ ਵਿਭਾਗ ਦੀ ਸ਼ਰੇਆਮ ਵੱਡੀ ਲਾਪਰਵਾਹੀ ਦੇਖਣ ਨੂੰ ਮਿਲੀ ਹੈ। ਉੱਥੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਇੰਨਾ ਵੱਡਾ ਹਾਦਸਾ ਬੀਤ ਜਾਣ ਤੋਂ ਬਾਅਦ ਵੀ ਹਾਲੇ ਤੱਕ ਬਿਜਲੀ ਵਿਭਾਗ ਦਾ ਕੋਈ ਵੀ ਕਰਮਚਾਰੀ ਮੌਕੇ ਦੇ ਉੱਤੇ ਮੌਕਾ ਦੇਖਣ ਲਈ ਨਹੀਂ ਆਇਆ। ਕਰੰਟ ਲੱਗਣ ਦੇ ਨਾਲ ਇੱਕ 2 ਸਾਲ ਦੀ ਬੱਚੀ ਦੀ ਦਰਦਨਾਕ ਮੌਤ ਹੋ ਗਈ ਹੈ। ਦਰਸਲ ਕਿਹਾ ਜਾ ਰਿਹਾ ਹੈ ਕਿ 11,000 ਵੋਲਟ ਦੀ ਤਾਰ ਟੁੱਟ ਕੇ ਖੰਭੇ ਤੋਂ ਸਿੱਧਾ ਬੱਚੀ ਦੇ ਉੱਪਰ ਡਿੱਗ ਜਾਂਦੀ ਹੈ ਤੇ ਬੱਚੀ ਦੇ ਕਈ ਜ਼ਖਮ ਹੋ ਜਾਂਦੇ ਨੇ ਸਰੀਰ ਦੇ ਉੱਤੇ, ਜਿਸ ਤੋਂ ਬਾਅਦ ਉਸਨੂੰ ਜਦੋਂ ਹਸਪਤਾਲ ਲੈ ਕੇ ਜਾਇਆ ਜਾਂਦਾ ਹੈ ਤਾਂ ਉੱਥੇ ਜਾ ਕੇ ਉਸਦੀ ਮੌਤ ਹੋ ਗਈ ਹੈ। ਹਾਲਾਂਕਿ ਇਸ ਹਾਦਸੇ ਦੇ ਵਿੱਚ ਬੱਚੀ ਦੀ ਜੋ ਵੱਡੀ ਭੈਣ ਹੈ ਉਹ ਵੀ ਗੰਭੀਰ ਰੂਪ ਨਾਲ ਜ਼ਖਮੀ ਹੋਈ ਹੈ ਤੇ ਉਸਦਾ ਵੀ ਇਲਾਜ ਜੋ ਹੈ ਲਗਾਤਾਰ ਕੀਤਾ ਜਾ ਰਿਹਾ ਹੈ। ਤਾਂ ਦੱਸ ਦਈਏ ਕਿ 2 ਸਾਲ ਦੀ ਮਾਸੂਮ ਬੱਚੀ ਦੇ ਉੱਤੇ ਇੱਕ ਹਾਈ ਵੋਲਟੇਜ ਦੀ ਤਾਰ ਡਿੱਗੀ ਹੈ, ਜਿਸ ਦੇ ਕਾਰਨ ਬੱਚੀ ਨੇ ਦਮ ਤੋੜ ਦਿੱਤਾ ਹੈ। ਤਾਂ ਦੱਸ ਦਈਏ ਕਿ ਇੱਕ ਬਿਜਲੀ ਵਿਭਾਗ ਦੇ ਉੱਤੇ ਵੱਡੀ ਲਾਪਰਵਾਹੀ ਦੇ ਇਲਜ਼ਾਮ ਜੋ ਨੇ ਪਰਿਵਾਰਕ ਮੈਂਬਰਾਂ ਦੇ ਵੱਲੋਂ ਲਗਾਏ ਗਏ ਨੇ। ਉਹਨਾਂ ਦਾ ਕਹਿਣਾ ਕਿ ਕਈ ਵਾਰ ਬਿਜਲੀ ਵਿਭਾਗ ਨੂੰ ਇਸ ਸੰਬੰਧੀ ਸੂਚਿਤ ਕੀਤਾ ਕਿ ਲਗਾਤਾਰ ਜੋ ਖੰਭੇ ਦੇ ਉੱਤੇ ਨੇ ਸਪਾਰਕਿੰਗ ਹੁੰਦੀ ਹੈ, ਸ਼ੋਰਟ ਸਰਕਟ ਹੁੰਦਾ, ਪਰ ਫਿਰ ਵੀ ਬਿਜਲੀ ਵਿਭਾਗ ਨੇ ਕੋਈ ਵੀ ਕਾਰਵਾਈ ਨਹੀਂ ਕੀਤੀ, ਜਿਸ ਦੇ ਕਾਰਨ ਹੁਣ ਖਾਮਿਆਜ਼ਾ ਉਹਨਾਂ ਨੂੰ ਭੁਗਤਣਾ ਪਿਆ। ਉਹ ਵੀ 2 ਸਾਲ ਦੀ ਬੱਚੀ ਦੀ ਮੌਤ ਹੋ ਗਈ ਹੈ। ਤਾਂ ਦੱਸ ਦਈਏ ਕਿ ਇਸ ਬੱਚੀ ਦਾ ਨਾਮ ਐਂਜਲ ਦੱਸਿਆ ਜਾ ਰਿਹਾ ਹੈ, ਜਿਸ ਦੀ ਮੌਤ ਹੋਈ ਹੈ ਤੇ ਇਹ ਆਪਣੀ ਵੱਡੀ ਭੈਣ ਦੇ ਨਾਲ ਸ਼ਾਮ ਨੂੰ ਘਰ ਤੋਂ ਬਾਹਰ ਖੇਡ ਰਹੀ ਸੀ। ਤਾਂ ਜਿਵੇਂ ਹੀ ਘਰ ਦੇ ਬਾਹਰ ਖੇਡਦੇ ਖੇਡਦੇ ਉੱਪਰੋਂ ਤਾਰ ਡਿੱਗਦੀ ਹੈ ਤਾਂ ਦੋਵੇਂ ਹੀ ਭੈਣਾਂ ਲਪੇਟ ਦੇ ਵਿੱਚ ਆ ਜਾਂਦੀਆਂ ਨੇ, ਜਿਸ ਦੇ ਕਾਰਨ ਇੱਕ 2 ਸਾਲ ਦੀ ਬੱਚੀ ਦੀ ਦਰਦਨਾਕ ਮੌਤ ਹੋ ਗਈ ਹੈ, ਜਦਕਿ ਵੱਡੀ ਭੈਣ ਦਾ ਇਲਾਜ ਹਸਪਤਾਲ ਦੇ ਵਿੱਚ ਚੱਲ ਰਿਹਾ ਹੈ। ਤਾਂ ਖਬਰ ਪਟਿਆਲਾ ਤੋਂ ਸਾਹਮਣੇ ਆਈ ਹੈ, ਜਿੱਥੇ ਕਿ ਬਿਜਲੀ ਵਿਭਾਗ ਦੀ ਸ਼ਰੇਆਮ ਵੱਡੀ ਲਾਪਰਵਾਹੀ ਦੇਖਣ ਨੂੰ ਮਿਲੀ ਹੈ। ਉੱਥੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਇੰਨਾ ਵੱਡਾ ਹਾਦਸਾ ਬੀਤ ਜਾਣ ਤੋਂ ਬਾਅਦ ਵੀ ਹਾਲੇ ਤੱਕ ਬਿਜਲੀ ਵਿਭਾਗ ਦਾ ਕੋਈ ਵੀ ਕਰਮਚਾਰੀ ਮੌਕੇ ਦੇ ਉੱਤੇ ਮੌਕਾ ਦੇਖਣ ਲਈ ਨਹੀਂ ਆਇਆ।